ਤੁਸੀਂ ਵੇਖ ਰਹੇ ਹੋ ਆਇਵਲ ਟੀਵੀ ਤੇ ਮੈਂ ਸੁਖਦੀਪ ਕੌਰ ਪ੍ਰੋਗਰਾਮ ਅਸਲੀ ਮੁੱਦੇ ਵਿੱਚ ਸਵਾਗਤ ਕਰਦੇ ਆਂ ਅੱਜ ਦੇ ਮੁੱਦੇ ਵਿੱਚ ਅਸੀਂ ਗੱਲ ਕਰਾਂਗੇ ਸਮਾਜਿਕ ਸੁਰੱਖਿਆ ਸਕੀਮ ਦੇ ਤਹਿਤ ਪੰਜਾਬ ਸਰਕਾਰ ਜਿਹੜੀ ਬੁਢਾਪਾ ਪੈਨਸ਼ਨ ਦਿੰਦੀ ਹੈ ਉਸ ਵਿੱਚ ਪਿੱਛੇ ਜਿਹੇ ਇੱਕ ਤਾਂਦਲੀ ਸਾਹਮਣੇ ਆਈ ਸੀ ਜਿਸ ਤਹਿਤ 3 ਸਾਲਾਂ ਤੋਂ ਵੱਧ ਮਰੇ ਹੋਏ ਵਿਅਕਤੀ ਜਿਨ੍ਹਾਂ ਨੂੰ ਮਰਿਆ ਨੂੰ 3 ਸਾਲ ਹੋ ਚੁੱਕੇ ਨੇ ਉਹਨਾਂ ਨੂੰ ਵੀ ਪੈਨਸ਼ਨ ਮਿਲ ਰਹੀ ਸੀ ਇਸੇ ਲਈ ਪੰਜਾਬ ਸਰਕਾਰ ਨੇ ਇੱਕ ਨਵਾਂ ਫਰਮਾਨ ਜਾਰੀ ਕੀਤਾ ਹੈ ਜਿਸ ਦੇ ਤਹਿਤ ਹੋਂ ਜਿੰਦਾ ਵਿਅਕਤੀਆਂ ਨੂੰ ਆਪਣਾ ਜੀਵਨ ਦਾ ਪ੍ਰਮਾਣ ਪੱਤਰ ਦੇਣਾ ਹੋਏਗਾ ਕੀ ਹੈ ਸਾਰਾ ਮਾਮਲਾ ਡਿਟੇਲ ਵਿੱਚ ਗੱਲ ਕਰਨ ਲਈ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ ਜਸਪਾਲ ਮਾਨ ਜੀ ਮਾਨ ਜੀ ਸਵਾਗਤ ਹੈ ਤੁਹਾਡਾ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਾਨ ਜੀ ਜਿੱਦਾਂ ਕਿ ਪੈਨਸ਼ਨ ਸਕੀਮ ਦਾ ਨਵਾਂ ਫਰਮਾਨ ਜਾਰੀ ਹੋਇਆ ਹੈ ਸਰਕਾਰ ਵੱਲੋਂ ਤਾਂ ਸਾਨੂੰ ਜਰਾ ਵਿਸਤਾਰ ਸਹਿਤ ਸਾਰੀ ਜਾਣਕਾਰੀ ਦਿਓ ਬੇਸਿਕਲੀ ਕੀ ਆ ਕਿ ਅੱਜ ਇੱਕ ਖਬਰ ਲੱਗੀ ਹੈ ਤਾਂ ਉਹਦੇ ਜ਼ਰੀਏ ਚ ਹੀ ਸਾਹਮਣੇ ਆਈ ਹੈ ਕਿ ਜਿਹੜੇ 올ਡੇਜ ਪੈਨਸ਼ਨ ਸਕੀਮ ਦੇ ਵਿੱਚ ਲਾਭਪਾਤਰੀ ਨੇ ਬੁਢਾਪਾ ਪੈਨਸ਼ਨ ਲੈ ਰਹੇ ਭਾਵ ਤਾਂ ਉਹਨਾਂ ਨੂੰ ਹਰ 3 ਮਹੀਨੇ ਬਾਅਦ ਆਪਣਾ ਜ਼ਿੰਦਾ ਹੋਣ ਦਾ ਸਬੂਤ ਦੇਣਾ ਪਊਗਾ ਇੱਕ ਡੈਕਲੇਰੇਸ਼ਨ ਦੇਣੀ ਪਊਗਾ। ਇਹਦਾ ਫਾਰਮੈਟ ਕੀ ਹੋਊਗਾ ਉਹ ਹਲੇ ਬਾਅਦ ਦੇ ਵਿੱਚ ਬਣੇਗਾ। ਇੱਕ ਰਿਪੋਰਟ ਹੈ ਜਿਹੜੇ ਸੀਨੀਅਰ ਜਰਨਲਿਸਟ ਨੇ ਕਸ਼ਵਨੀ ਜੀ ਉਹਨਾਂ ਨੇ ਜਿਹੜਾ ਰੱਖੀ ਹੈ ਤਾਂ ਉਹ ਮੀਡੀਆ ਦੇ ਵਿੱਚ ਆਈ ਹੈ ਰਿਪੋਰਟ। ਉਹਨਾਂ ਦੀ ਉਸ ਤੋਂ ਬਾਅਦ ਹੀ ਮਾਮਲਾ ਆਇਆ। ਤਾਂ ਇਹ ਮੁੰਡਲੀ ਜੀ ਹੈ ਕਿ ਹੁਣ ਉਹਦੇ ਵਿੱਚ ਕੀ ਸਭ ਤੋਂ ਪਹਿਲਾਂ ਕਿ ਜਿਹੜੇ ਆਂਗਣਵਾਲੀ ਵਰਕਰ ਆ ਜਾਂ ਜੋ ਵੀ ਡਿਪਾਰਟਮੈਂਟ ਦੇ ਹੋਰ ਛੋਟੇ ਕਰਮਚਾਰੀ ਆ ਉਹਨਾਂ ਨੂੰ ਪਹਿਲਾਂ ਭੇਜਣਗੇ ਕਿ ਜਾਓ ਵੈਰੀਫਾਈ ਕਰਕੇ ਉਹ ਪਹਿਲਾਂ ਵੈਰੀਫਾਈ ਕਰਨ ਤੋਂ ਬਾਅਦ ਇੱਕ ਵਾਰੀ ਤਾਂ ਇਸ ਤਰ੍ਹਾਂ ਦਿਨਾਂ ਕੰਮ ਚੱਲੇਗਾ ਤੇ ਉਸ ਤੋਂ ਬਾਅਦ ਵੀ ਜਿਹੜੇ ਲੰਪਤਰੀ ਹੋਣਗੇ ਉਹਨਾਂ ਨੂੰ ਤਿੰਨ ਤਿੰਨ ਮਹੀਨੇ ਬਾਅਦ ਜਿਹੜਾ ਕਿ ਮਤਲਬ ਜਾਣਾ ਪਏਗਾ ਆਪਣਾ ਡੈਕਲੇਰੇਸ਼ਨ ਦੇਣੀ ਪੈਗੀ ਕਿ ਹਾਂ ਮੈਂ ਜੋਣਾ ਤਾਂ ਉਹਦੀ ਪੈਨਸ਼ਨ ਜਿਹੜਾ ਉਹ ਕੰਟੀਨਿਊ ਰਹੇਗੀ ਅਦਰਵਾਈਜ਼ ਉਹਦੀ ਪੈਨਸ਼ਨ ਜੇ ਕੋਈ ਬੰਦਾ ਨਹੀਂ ਦੇ ਕੇ ਹੁੰਦਾ ਲਾਹ ਪਤਰੀ ਜੀ ਤਾਂ ਉਹਦਾ ਜਿਹੜਾ ਪੈਨਸ਼ਨ ਆ ਉਹ ਬੰਦ ਕਰ ਦਿੱਤੀ ਹੈਗੀ ਮੁੱਢਲੀ ਖਬਰ ਤਾਂ ਇਹ ਆ ਪਰ ਹੁਣ ਇਹਦੇ ਨਾਲ ਨਾਲ ਸਰਕਾਰ ਆ ਜਿਹੜਾ ਇਹ ਵੀ ਪਲੈਨਿੰਗ ਕਰ ਰਹੀ ਕਿ ਕੁਝ ਇਸ ਤਰ੍ਹਾਂ ਦਾ ਸੌਫਟਵੇਅਰ ਤਿਆਰ ਕੀਤਾ ਜਾਵੇ ਕਿ ਜਿਸ ਤਰ੍ਹਾਂ ਦੇ ਨਾਲ ਜਿਹੜੇ ਡੈਥ ਸਰਟੀਫਿਕੇਟ ਜਦੋਂ ਇਸ਼ੂ ਹੁੰਦੇ ਆ ਜੀ ਤਾਂ ਡਾਇਰੈਕਟਲੀ ਔਨਲਾਈਨ ਡਿਪਾਰਟਮੈਂਟ ਕੋਲੇ ਚਲਾ ਜਾਵੇ ਜੀ ਸਬੰਧਤ ਕੋੜੇ ਜਿੱਥੋਂ ਪੈਨਸ਼ਨਾਂ ਰਿਲੀਜ਼ ਹੁੰਦੀਆਂ ਨੇ ਤੇ ਉਹ ਨਾਲ ਦੀ ਨਾਲ ਜਿਹੜੇ ਲਾਭਪਾਤਰੀ ਜੇ ਕਿਸੇ ਦੀ ਡੈਥ ਹੋ ਜਾਂਦੀ ਹੈ ਇਹ ਪਤਾ ਲੱਗਦਾ ਤਾਂ ਰਿਕਾਰਡ ਚੋਂ ਉਹ ਆਪਣੇ ਆਪ ਡਿਲੀਟ ਹੋ ਜੇ ਭਾਵੇਂ ਕਿ ਪੈਨਸ਼ਨ ਕਿਸੇ ਨੂੰ ਇਸ ਤਰ੍ਹਾਂ ਦੇ ਨਾਲ ਨਾ ਜਾਵੇ ਤਾਂ ਇਹਦਾ ਕਾਰਨ ਇਹ ਹੈ ਬੇਸਿਕਲੀ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਵੀ ਇੱਕ ਰਿਪੋਰਟ ਆਈ ਸੀ ਕੈਗ ਦੀ ਤਾਂ ਉਹਦੇ ਵਿੱਚ ਵੀ ਜਿਹੜਾ ਕਿਉਂਕਿ ਕੈਗ ਦੀ ਰਿਪੋਰਟ ਹੈ ਜਿਹੜੀ ਪਿਛਲੇ ਸਾਲ ਦੀ ਆ ਉਹਦੇ ਵਿੱਚ ਵੀ ਅੰਕੜੇ ਦਿੱਤੇ ਗਏ ਤਾਂ ਉਹ ਅੰਕੜੇ ਜਿਹੜੇ ਉਹ ਦੱਸੇ ਗਏ ਆ ਕਿ ਤਿੰਨ ਤਿੰਨ ਸਾਲ ਹੋ ਗਏ ਲੋਕਾਂ ਦੀ ਡੈਥ ਹੋ ਗਈ ਹੈ ਉਹਨਾਂ ਨੂੰ ਪੈਨਸ਼ਨ ਮਿਲ ਰਹੀ ਹੈ ਇਸ ਤਰ੍ਹਾਂ ਦੇ ਹਾਲਚਾਲ ਨੇਗੇ ਬੇਸਿਕਲੀ ਇਹ ਮਾਮਲਾ ਹੁੰਦਾ ਨਹੀਂ ਪੁਰਾਣਾ ਮਾਮਲਾ 2015 ਦੇ ਵਿੱਚ ਵੀ ਮਾਮਲਾ ਉੱਠਿਆ ਸੀ ਉਸ ਵੇਲੇ ਪੰਜਾਬ ਦੇ ਵਿੱਚ ਵੀ ਮਾਮਲਾ ਉੱਠਿਆ ਸੀ ਤਾਂ ਉਹਦੇ ਨਾਲ ਨਾਲ ਇਹ ਮਾਮਲਾ ਜਿਹੜਾ ਉੱਠਿਆ ਸੀਗਾ ਇਹ ਦਿੱਲੀ ਦੇ ਵਿੱਚ ਵੀ ਉੱਠਿਆ ਸੀਗਾ ਤਾਂ ਦਿੱਲੀ ਦੇ ਵਿੱਚ ਵੀ ਮੈਂ ਮਤਲਬ ਤੁਹਾਨੂੰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਮਿਲ ਜਾਣਗੀਆਂ ਕਿ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਉੱਥੇ ਪੀਸੀਆਂ ਕੀਤੀਆਂ ਬਹੁਤ ਜ਼ਿਆਦਾ ਮਤਲਬ ਇਸ ਮਾਮਲੇ ਨੂੰ ਉਭਾਰਿਆ ਜਾਂ ਉਛਾਲਿਆ ਜਿਸ ਮਾਮਲੇ ਨੂੰ ਲੈ ਕੇ ਆਏ ਮੀਡੀਆ ਦੇ ਵਿੱਚ ਤਾਂ ਉਹਨਾਂ ਨੇ ਉੱਥੇ ਜਿਹੜਾ ਅਲੀਗੇਸ਼ਨ ਲਾਇਆ ਸੀ ਐਮਸੀਡੀ ਤੇ ਤਾਂ ਉਹ ਮਿਲ ਰਹਾ ਮੋਟਾ ਮੋਟਾ ਕੋਈ 2.5 ਹਜ਼ਾਰ ਦਾ ਕਪੜਾ ਦੱਸਦੇ ਸੀਗੇ ਜੀ ਕਿ ਇੰਨਾ ਕਪੜਾ ਉੱਥੇ ਹੋ ਗਿਆ ਤੇ ਇੰਨਾ ਕਪੜਾ ਜਿਹੜਾ ਇਹ ਦਿੱਲੀ ਦਾ ਉਹਨਾਂ ਨੇ ਦੱਸਿਆ ਬਗੈਰ ਤੌਰ ਤੇ ਪੀਸਿਸ ਕੀਤੀਆਂ ਤੇ ਇੱਥੋਂ ਤੱਕ ਵੀ ਉੱਥੇ ਖੁਲਾਸੇ ਹੋਈ ਸੀ ਕਿ ਕੋਈ ਜਵਾਕ ਜਿਹੜਾ ਦੂਜੀ ਤੀਜੀ ਦੇ ਵਿੱਚ ਪੜ ਰਿਹਾ ਤੇ ਉਹਦੇ ਨਾਮ ਦੇ ਉੱਤੇ ਉਹਦੀ ਉਮਰ ਵਧ ਕਰਕੇ ਛੇੜਛੜ ਕਰਕੇ ਡਾਕੂਮੈਂਟ ਨਾਲ ਉਹਨਾਂ ਦੀ ਪੈਨਸ਼ਨ ਲੱਗੀ ਪਈ ਆ ਇਸ ਤਰ੍ਹਾਂ ਦੇ ਹਾਲ ਆ ਕਈ ਇਸ ਤਰ੍ਹਾਂ ਦੇ ਤੁਹਾਨੂੰ ਮਤਲਬ ਉਹਨਾਂ ਨੇ ਜਿਹੜੇ ਉਜਾਗਰ ਕੀਤੇ ਮਾਮਲੇ ਕੱਢੇ ਜਾਂ ਇਨਵੈਸਟੀਗੇਸ਼ਨ ਹੋਊਗਾ ਮੀਡੀਆ ਰਿਪੋਰਟਾਂ ਦੇ ਵਿੱਚ ਵੀ ਅੰਗਾ ਉੱਚ ਜਾਣ ਰਿਕਾਰਡ ਪੰਗਾ ਹੋਊਗਾ ਤਾਂ ਇੱਥੋਂ ਤੱਕ ਆਇਆ ਕਿ ਕਈ ਬਜ਼ੁਰਗ ਸੀਗੇ ਜਿਹੜੇ ਠੀਕ ਠਾਕ ਸੀਗੇ ਉਹਨਾਂ ਨੂੰ ਜਿਹੜਾ ਹੈਂਡੀਕੈਪਡ ਬਣਾ ਕੇ ਹੈਂਡੀਕੈਪਡ ਕੈਟਾਗਰੀ ਦੇ ਵਿੱਚ ਪੈਨਸ਼ਨ ਅੱਜ ਪਾ ਦਿੱਤਾ ਗਿਆ ਤੇ ਕਈ ਇਸ ਤਰ੍ਹਾਂ ਦੇ ਮਾਮਲੇ ਆਏ ਕਿ ਪੈਨਸ਼ਨ ਲੱਗੀ ਹੋਈ ਆ ਉਹ ਕਹਿੰਦੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਸਾਡੀ ਪੈਨਸ਼ਨ ਲੱਗੀ ਆ ਸਾਡੀ ਪੈਨਸ਼ਨ ਕੌਣ ਖਾ ਰਿਹਾ ਸਾਨੂੰ ਵੀ ਨਹੀਂ ਪਤਾ ਇਸ ਬਾਰੇ ਇਸ ਤਰ੍ਹਾਂ ਦੇ ਮਾਮਲੇ ਵੀ ਉੱਥੇ ਸਾਹਮਣੇ ਆਏ ਹੋਰ ਵੀ ਮਤਲਬ ਵਕ ਵਕ ਤਰ੍ਹਾਂ ਦੇ ਮਾਮਲੇ ਸਾਹਮਣੇ ਇਹੋ ਹਾਲ ਸਾਡੇ ਪੰਜਾਬ ਚ ਵੀ ਰਿਹਾ ਬਹੁਤ ਸਾਰੀਆਂ ਖਬਰਾਂ ਲੱਗੀਆਂ ਕਾਲੀ ਸਰਕਾਰ ਵੇਲੇ ਵੀ ਲੱਗੀਆਂ ਜਾਂ ਉਸ ਤੋਂ ਬਾਅਦ ਵੀ ਲੱਗਣਾ ਤਾਂ ਜਾਂ ਉਸ ਜਗ੍ਹਾ ਉਸ ਟਾਈਮ ਦੇ ਉਤੇ ਆਰਟਿਸ ਵੀ ਆ ਗਏ 2015 16 ਦੇ ਵਿੱਚ ਉਸ ਜ਼ਰੀਏ ਵੀ ਰਿਕਾਰਡ ਆਇਆ ਸੀਗਾ ਤਾਂ ਉਸ ਵੇਲੇ ਰਿਕਾਰਡ ਦੇ ਵਿੱਚ ਮਿਲ ਰਿਹਾ ਕੋਈ ਮੇਰੇ ਸਾਬ ਨਾਲ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਮਿਲ ਰਿਹਾ 70-73 ਇਹ ਰੰਕੜਾ ਸੀਗਾ 70000 ਦੇ ਆਸ-ਪਾਸ ਜਿਹੜੇ ਕੀ ਲਾਹ ਪਤਰੀ ਆਯੋਗ ਸੀਗੇ ਪਾਬ ਜਿਨ੍ਹਾਂ ਦੀ ਉਜਾ ਤਾਂ ਕਿਸੇ ਦੀ ਉਮਰ ਨਹੀਂ ਸੀ ਬਣਦੀ ਜਾਂ ਕਿਸੇ ਦੀ ਕਹ ਲਓ ਕਿ ਦੋ ਹੀ ਮੁਰਲੀਆਂ ਸ਼ਰਤਾਂ ਦੇ ਵਿੱਚ ਇੱਕ ਉਮਰ ਦੀ ਹੈ ਦੂਸਰਾ ਸ਼ਾਇਦ ਫਾਈਨੈਂਸ਼ੀਅਲੀ ਹੈ ਕਿ ਇਨਕਮ ਸੋਰਸ ਕਿੰਨਾ ਤੁਹਾਡਾ ਜਿੰਕਮ ਤੁਹਾਡੀ ਘਾਟ ਆ ਤਾਂ ਉਸ ਕੈਟਾਗਰੀ ਚੋਂ ਮਿਲਲਾ ਦੇ ਸ਼ਰਤਾਂ ਦੋ ਕੁ ਸ਼ਰਤਾਂ ਹੀ ਬਾਕੀ ਹੋਰ ਮੈਨੂੰ ਪਤਾ ਨਹੀਂ ਕਿ ਜ਼ਮੀਨ ਕਿਨੀ ਕ ਕਿਉਂਕਿ ਜ਼ਮੀਨ ਵੀ ਘੱਟੀ ਆ ਜਾਈਗੀ ਫਿਰ ਤਾਂ ਉਹ ਸ਼ਰਤਾਂ ਸੀਗਾ ਹੁਣ ਉਹ ਸ਼ਰਤਾਂ ਜਿਹੜੇ ਪੂਰੀਆਂ ਪੂਰੀਆਂ ਨਹੀਂ ਸੀ ਕਰਦੇ ਤਾਂ ਉਹਨਾਂ ਤੇ ਕਾਰਵਾਈ ਦੇ ਲਈ ਵੀ ਜਿਹੜਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਕਿ ਜਿਹੜੇ ਬੰਦੇ ਇਸ ਤਰ੍ਹਾਂ ਦੇ ਐ ਤਾਂ ਉਹਦੇ ਵਿੱਚੋਂ ਕਿਦੀ ਇਨਵੋਲਵਮੈਂਟ ਨਾਲ ਹੋਊਗਾ ਕੀ ਉਹ ਬੰਦੇ ਆਪ ਹੀ ਆਪਣੀਆਂ ਪੈਨਸ਼ਨਸ ਲਵਾ ਗਏ ਜਾਂ ਉਹਨਾਂ ਨੂੰ ਕਿਸੇ ਨੇ ਸਪੋਰਟ ਕੀਤਾ ਜਾਂ ਰੈਲੈਕਸੇਸ਼ਨ ਦਿੱਤੀ ਗਈ ਯਾ ਕਿ ਇਸ ਤਰ੍ਹਾਂ ਦੇ ਨਾਲ ਕਿ ਚਲੋ ਡਾਕੂਮੈਂਟ ਆ ਗਏ ਇੱਕ ਵਾਰੀ ਤਾਂ ਇਸ ਤਰੀਕੇ ਦੇ ਨਾਲ ਕਹਿ ਲੋ ਕਿ ਅਪਲੋਡ ਕਰ ਦਿੱਤੇ ਗਏ ਆ ਜਾਂ ਮਤਲਬ ਕਿਸੇ ਹੋਰ ਅਫਸਰਾਂ ਦੀ ਕਹਿ ਲੋ ਕਿ ਜਿਹੜਾ ਸ਼ਮੂਲੀਅਤ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਕਾਰਨ ਸੀਗੇ ਤਾਂ ਉਹਨਾਂ ਕਾਰਨਾਂ ਕਰਕੇ ਇਹਦੀ ਪੜਤਾਲ ਜਿਹੜੀ ਹੋਈ ਫਿਰ ਪੜਤਾਲ ਜਿਹੜਾ ਹੋਈ ਉਹ ਵਿੱਚ ਵਿਚਾਲੇ ਰਹੇਗੀ ਕੁਝ ਹੋਇਆ ਨਹੀਂਗਾ ਤੇ ਕਈ ਵਾਰੀ ਹੋਇਆ ਕਿ ਕਿ ਡਿਪਾਰਟਮੈਂਟ ਨੇ ਡਿਸੀਜ਼ ਨੂੰ ਲੈਟਰਸ ਕੱਢਤੀਆਂ ਕਿ ਜੀ ਕਾਰਵਾਈ ਕਰੋ ਉਹ ਵੀ ਵਿੱਚ ਵਿਚਾਲੇ ਮਾਮਲਾ ਰੁਕ ਗਿਆ ਫਿਰ ਤੁਹਾਨੂੰ ਯਾਦ ਹੋਣਾ ਕਿ 2000 ਮਿਲ 18 ਠੂਰਾਂ ਦੀ ਗੱਲ ਹੋएगी 17 ਤੋਂ ਬਾਅਦ ਦੀ ਗੱਲ ਆ ਤਾਂ ਉਸ ਵੇਲੇ ਵੀ ਹੋਇਆ ਕਿ ਕਿ ਰਿਕਵਰੀ ਦੇ ਲਈ ਨੋਟਿਸ ਵੀ ਕੱਢਤੇ ਜੀ ਕਿ ਜਿਹੜੇ ਬੰਦੇ ਅਯੋਗ ਨੇ ਉਹਨਾਂ ਤੋਂ ਰਿਕਵਰੀ ਕਰਵਾਈ ਜਾਵੇ ਤਾਂ ਉਸ ਵੇਲੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਮਸਲਾ ਚੱਕਿਆ ਸੀ ਕਿ ਰਿਕਵਰੀ ਦੇ ਨੋਟਿਸ ਆਇਆ ਸਰਕਾਰ ਦੇ ਉੱਤੇ ਸ਼ਿਕਵਾ ਵੀ ਸੀਗਾ ਲੋਕਾਂ ਦਾ ਪਰ ਨਾਲ ਦੀ ਨਾਲ ਬਹੁਤ ਸਾਰੇ ਲੋਕ ਇਹ ਵੀ ਆਵਾਜ਼ ਚੱਕ ਰਹੇ ਸੀ ਕਿ ਤੁਹਾਨੂੰ ਉਹਨਾਂ ਲੋਕਾਂ ਤੇ ਵੀ ਕਾਰਵਾਈ ਕਰਨੀ ਚਾਹੀਦੀ ਆ ਜਿਹੜੇ ਲੋਕ ਇਹਦੇ ਵਿੱਚ ਸ਼ਾਮਲ ਨੇ ਭਾਵੇਂ ਕਿ ਉੱਪਰ ਤੋਂ ਲੈ ਕੇ ਥੱਲੇ ਤੱਕ ਦੇ ਅਫਸਰ ਕਿਹੜੇ-ਕਿਹੜੇ ਸ਼ਮੂਲੀਅਤ ਕੀਤੀ ਗਈ ਆ ਇਹ ਵੀ ਤਾਂ ਪੜਤਾਲ ਦਾ ਵਿਸ਼ਾ ਨੇ ਇੱਕ ਤਾਂ ਉਹ ਵੀ ਲੋਕਾਂ ਨੇ ਮਤਲਬ ਕਈ ਬੰਦਿਆਂ ਨੇ ਜਿਹੜਾ ਉਸ ਮਸਲੇ ਨੂੰ ਵੀ ਉਭਾਰਿਆ ਪਰ ਉਹ ਮਾਮਲਾ ਕੁਝ ਹੋਇਆ ਨਹੀਂ ਐ ਤਦ ਵਿੱਚ ਦੱਸ ਦਈਏ ਕਿ ਰਿਕਵਰੀ ਜਿਹੜੀ ਹੋਈ ਐ ਨਾ ਉਹ ਰਿਕਵਰੀ ਕੋਈ ਨਹੀਂ ਜਾਰੀ ਨਹੀਂ ਹੋਈ ਤੇ ਰਿਕਵਰੀ ਮੋਟਾ ਮੋਟਾ ਜਿੰਨਾ ਕੋ ਜਿਹੜਾ ਲੱਗਣਾ ਰਿਪੋਰਟਾਂ ਰਿਪੂਟਾਂ ਉਸ ਵੇਲੇ ਦੀਆਂ ਤਾ ਉਹ ਕਹਿੰਦੇ ਕਿ 9000 ਦੀ ਸਾਰੀ ਰਿਕਵਰੀ ਹੋਈ ਆ ਬੰਦਾ 70000 ਜਿਹੜਾ ਬੰਦਾ ਜਾਲੀ ਪੈਨਸ਼ਨ ਲੈ ਗਿਆ ਫਰਜੀ ਪੈਨਸ਼ਨ ਲੈ ਗਿਆ ਤੇ ਉਹਦੇ ਵਿੱਚੋਂ ਰਿਕਵਰੀ ਕਿੰਨੀ ਹੋ ਰਹੀ ਹੈ 9000 ਦੀ ਰਿਕਵਰੀ ਹੋ ਰਹੀ ਹੈ ਬਣਦਾ ਕਿੰਨਾ ਸੀ ਉਹ 150 ਕਰੋੜ ਤੋਂ ਜ਼ਿਆਦਾ ਦਾ ਕਪੜਾ ਤਾਂ ਹੁਣ ਇੰਨੇ ਕਪੜੇ ਚੋਂ ਸਿਰਫ 9000 ਰੁਪਿਆ ਮਤਲਬ ਰਿਕਵਰੀ ਹੋਣੀ ਤਾਂ ਕਿ ਡੀ ਕਵੱਡੀ ਇਹ ਵੀ ਇੱਕ ਹਾਸੋਈ ਨਹੀਂ ਗੱਲ ਹੈ ਕਿ ਫਿਰ ਤੁਸੀਂ ਰਿਕਵਰੀ ਕਿਉਂ ਨਹੀਂ ਪ੍ਰੋਪਰਲੀ ਕਰ ਰਹੇ ਤਾਂ ਇਹ ਵੀ ਇੱਕ ਸਵਾਲ ਸੀ ਦੂਜੀ ਵੱਡੀ ਗੱਲ ਇਹ ਸੀ ਕਿ ਜਿਹੜੇ ਬੰਦੇ ਹੁਣ ਇਸ ਦੁਨੀਆ 'ਚ ਨਹੀਂ ਹੈਗੇ ਹਾਂਜੀ ਉਹਨਾਂ ਦੇ ਨਾਮ ਤੇ ਪੈਨਸ਼ਨਾਂ ਜਾਰੀ ਹੋਊਗਾ ਪੈਨਸ਼ਨਾਂ ਨਿਕਲ ਵੀ ਗੰਗਾ ਖਾਤਿਆਂ 'ਚੋਂ ਕਹ ਲਓ ਇਹ ਪੈਨਸ਼ਨਾਂ ਡਿਸਟ੍ਰੀਬਿਊਟ ਹੋਊਗਾ ਉਹ ਫਿਰ ਕੌਣ ਲੈ ਗਿਆ ਗਰਾਉਂਡ ਲੈਵਲ ਦੇ ਉੱਤੇ ਵੀ ਤਾਂ ਪੁੱਛਣਾ ਵਾਲਾ ਵਿਸ਼ਾ ਨਾ ਕਿ ਕੀ ਉਹਨਾਂ ਦੇ ਕੋਈ ਘਰ ਦੇ ਪਰਿਵਾਰਕ ਮੈਂਬਰ ਲੈ ਗਏ ਜੇ ਪਰਿਵਾਰਕ ਮੈਂਬਰਾਂ ਨੇ ਨਹੀਂ ਲਈ ਤਾਂ ਫਿਰ ਕੋਈ ਜਿਹੜਾ ਕਿ ਕਰਮਚਾਰੀ ਲੈ ਗਏ ਜਾਂ ਕੌਣ ਲੈ ਗਏ ਕਿਦੀ ਮਿਲੀਪੁਕਤਨਲ ਹੋਇਆ ਇਹ ਕਦੋਂ ਤਾਂ ਜਾਂ ਕੋਈ ਕਹੇ ਲੋ ਕਿ ਕੋਈ ਪੰਚ ਸਰਪੰਚ ਦਾ ਨਾਮ ਲਏਗਾ ਪਿੰਡਾਂ 'ਚ ਸ਼ਹਿਰਾਂ 'ਚ ਕੋਈ ਆਖੂ ਜੀ ਕਿ ਸਾਡਾ ਐਮਸੀ ਖਾ ਗਿਆ ਜਾਂ ਕੋਈ ਅਫਸਰ ਖਾ ਗਿਆ ਜਾਂ ਕੋਈ ਕਰਮਚਾਰੀ ਖਾ ਗਿਆ ਤਾਂ ਲੋਕਾਂ ਨੇ ਵੀ ਇਸ ਤਰ੍ਹਾਂ ਦੇ ਨਾਲ ਕਹਿਣਾ ਉਹ ਵੀ ਵਿਸ਼ਾ ਸੀ ਇੱਕ ਉਹਦੀ ਵੀ ਕੋਈ ਪੜਤਾਲ ਨਹੀਂ ਹੋਈ ਉਹ ਮਾਮਲਾ ਵੀ ਵਿਚੇ ਵਿਚਾਲੇ ਰਹਿ ਗਿਆ ਤਾਂ ਹੁਣ ਕੀ ਹੈ ਕਿ ਸਰਕਾਰ ਨੇ ਆਖਿਆ ਕਿ ਜੋ ਚੀਜ਼ ਪਹਿਲਾਂ ਹੋ ਗਈ ਜੀ ਠੀਕ ਹੈ ਹੋਗੀ ਪਰ ਐਟ ਲੀਸਟ ਉਹਦੀ ਪੜਤਾਲ ਇੱਕ ਸੈਪਰੇਟ ਵਿਸ਼ਾ ਕਿ ਉਹਦੇ ਉੱਤੇ ਪੜਤਾਲ ਉਹਦੀ ਹੋਣੀ ਲਾਜ਼ਮੀ ਆ ਜੀ ਉਹ ਇੱਕ ਵੱਕਰੀ ਚੀਜ਼ ਹੋਗੀ ਪਰ ਜਿਹੜੇ ਹੁਣ ਇਸ ਟਾਈਮ ਦੇ ਉੱਤੇ ਲੈ ਰਹੇ ਆ ਮੌਜੂਦਾ ਸਮੇਂ ਦੇ ਵਿੱਚ ਪੈਨਸ਼ਨ ਲੈ ਰਹੇ ਆ ਪ੍ਰੈਸੈਂਟਲੀ ਜੋ ਵੀ ਜਿੰਨੇ ਵੀ ਬੈਨੇਫਿਸ਼ੀਰੀ ਹੈਗੇ ਆ ਘੱਟੋ ਘੱਟ ਉਹਨਾਂ ਨੂੰ ਤੇ ਟ੍ਰੈਕ ਕਰਵਾ ਲਈਏ ਵੀ ਅੱਗੇ ਤੋਂ ਇਸ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਇਹ ਗੱਲ ਠੀਕ ਵੀ ਹੈ ਵੈਸੇ ਹੋਣੀ ਚਾਹੀਦੀ ਹੈ ਕਿ ਤੁਸੀਂ ਉਹਨੂੰ ਮਤਲਬ ਉਹ ਡਾਟਾ ਆਪਣਾ ਚੈੱਕ ਕਰੋ ਕਿ ਵਾਕਈ ਸਾਰੇ ਲਾਭਪਾਤਰੀ ਠੀਕ ਨੇ ਜੇ ਉਹਨਾਂ 'ਚ ਕੋਈ ਅਯੋਗ ਲੱਗਦਾ ਤਾਂ ਉਹ ਤੁਸੀਂ ਚੱਕ ਕੇ ਬਾਹਰ ਮਾਰੋਗੇ ਤਾਂ ਉਹ ਅਗਲਾ ਅਗਲਾ ਵਿਸ਼ਾ ਰਹਿ ਗਿਆ ਕਿ ਉਹਦੇ ਉੱਤੇ ਕੀ ਰਿ ਤੋਂ ਰਿਕਵਰੀ ਹੁੰਦੀ ਆ ਯਾ ਉਹ ਦਿੱਤੀ ਕੋ ਕਾਰਵਾਈ ਹੁੰਦੀ ਹੈ ਯਾ ਉਹਦੇ ਨਾਲ ਇਨਵੈਸਟੀਗੇਸ਼ਨ ਦਾ 파ਟ ਰੰਦਾ ਕਿ ਇਹ ਦੀ ਪੈਨਸ਼ਨ ਫਿਰ ਲੱਗ ਕੇਵੇਂਗੀ ਹਾਂਜੀ ਉਹ ਇੱਕ ਵੱਖਰਾ ਬਿਸ਼ਅ ਰਹਿ ਗਿਆ ਤਾਂ ਉਹ ਹੁਣ ਅਲੱਗ ਚੀਜ਼ ਰਹੇਗੀ ਤਾਂ ਫਿਰ ਸਰਕਾਰ ਨੇ ਆਖਿਆ ਕਿ ਘੱਟੋ ਘੱਟ ਇਸ ਤਰ੍ਹਾਂ ਦੇ ਨਾਲ ਹੁਣ ਇਹ ਚੀਜ਼ ਹੈ ਜਿਹੜੀ ਹਿੱਲਜੁਲ ਹੋ ਰਹੀ ਆ ਤਾਂ ਇਹਨੂੰ ਲੈ ਕੇ ਹੁਣ ਜਿਹੜਾ ਜਲਦੀ ਆ ਉਹ ਇੱਕ ਪਰਫਾਰਮਾ ਵੀ ਤਿਆਰ ਕੀਤਾ ਜਾਏਗਾ ਕਿ ਜਿਹੜਾ ਪਰਫਾਰਮਾ ਹਰ ਤਿੰਨ ਮਹੀਨੇ ਬਾਅਦ ਦੇਣਾ ਹੋਊਗਾ ਪਰ ਇਹਦੇ ਨਾਲ ਨਾਲ ਦੋ ਤਿੰਨ ਚੀਜ਼ਾਂ ਹੋਰ ਵੀ ਆ ਇੱਕ ਤਾਂ ਇਹ ਆ ਕਿ ਬਜ਼ੁਰਗਾਂ ਦੀ ਖਜਲ ਖਵਾਰੀ ਵਾਜੂਮੀ ਸਭ ਤੋਂ ਜਿਹੜਾ ਪਹਿਲੇ ਇੰਪੋਰਟੈਂਟ ਚੀਜ਼ ਹੈ ਜਿਹੜੀ ਦੇਖਣੀ ਚਾਹੀਦੀ ਹੈ ਯਾ ਤਾਂ ਇਹ ਹੋਵੇ ਕਿ ਜਿਹੜੇ ਮਤਲਬ ਅੰਗਣਵਾੜੀ ਵਰਕਰ ਆ ਜਿਹਨਾਂ ਦੀ ਡਿਊਟੀ ਲੱਗਦੀ ਆ ਉਹ ਆਉਣ ਆ ਕੇ ਵੈਰੀਫਾਈ ਕਰ ਜਾਣ ਤੇ ਵੈਰੀਫਾਈ ਕਰਨ ਤੋਂ ਬਾਅਦ ਠੀਕ ਹੈ ਓਕੇ ਜੇ ਕੋਈ ਜੰਦਾ ਠੀਕ ਹੈ ਜੇ ਕਿਸੇ ਦੀ ਡੈਥ ਹੋ ਗਈ ਤਾਂ ਠੀਕ ਹੈ ਤਾਂ ਉਹ ਕੱਟਿਆ ਜਾਊਗਾ ਵਿੱਚੋਂ ਇਹ ਇਹ ਪ੍ਰੋਸੈਸ ਬੰਦ ਹੈ ਯਾ ਤਾਂ ਇਹ ਇਹ ਬੈਸਟ ਆਪਸ਼ਨ ਇਹੀ ਲੱਗਦੀ ਆ ਦੂਸਰੀ ਬਸ ਵੱਡੀ ਗੱਲ ਇਹ ਆ ਕਿ ਜਿਹੜੇ ਹੁਣ ਜਿਸ ਤਰ੍ਹਾਂ ਦੇ ਨਾਲ ਸਰਕਾਰ ਇੱਕ ਸੌਫਟਵੇਅਰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਵੀ ਓਕੇ ਆਪਸ਼ਨ ਉਹ ਵੀ ਵਧੀਆ ਆਪਸ਼ਨ ਹੈ ਐਂਡ ਮੀਨ ਟਾਈਮ ਕੀ ਹੈ ਕਿ ਤੁਸੀਂ ਦੇਖੋ ਕਿ ਸੇਵਾ ਕੇਂਦਰਾਂ ਚੋਂ ਤੁਹਾਡੇ ਹੀ ਡਾਟਾਬੇਸ ਦੇ ਵਿੱਚੋਂ ਸਰਟੀਫਿਕੇਟ ਜਾਰੀ ਹੁੰਦੇ ਆ ਤਾਂ ਉਹ ਤਾਂ ਹੁਣ ਕਹਿ ਲਓ ਕਿ ਹਰ ਇੱਕ ਬੰਦਾ ਈਸ਼ੂ ਕਰਾਉਂਦੇ ਕਰਾਉਂਦਾ ਜੇ ਫਰਦੀ ਕਰੋ ਕਿਸੇ ਦੀ ਵੀ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰ ਦੀ ਕਿਸੇ ਬਜ਼ੁਰਗ ਦੀ ਮੌਤ ਹੋ ਗਈ ਆ ਤਾਂ ਉਹ ਅਗਲਾ ਹੁਣ ਵਿਥਿਨ ਵੀਕ ਚ ਲੋਕਾਂ ਕੋਲ 10 15 ਦਿਨ 20 ਦਿਨ ਦੇ ਵਿੱਚ ਵਿੱਚ ਵੱਧ ਤੋਂ ਵੱਧ 1 ਮਹੀਨੇ ਦੇ ਵਿੱਚ ਵਿੱਚ ਈਸ਼ੂ ਕਰਵਾ ਹੀ ਲੈਂਦਾ ਹਰ ਕੋਈ ਬੰਦਾ ਕਿਉਂਕਿ ਉਹਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ ਕਈ ਹੈਗਾ ਤੇ ਸਾਨੂੰ ਪ੍ਰੋਡਿਊਸ ਕਰਨਾ ਪੈ ਗਿਆ ਤਾਂ ਉਥੋਂ ਡਾਟਾ ਬੇਸ ਵੀ ਚੱਕਿਆ ਜਾ ਸਕਦਾ ਕਿ ਇੱਕ ਕਾਪੀ ਜਿਹੜੀ ਨਾਲ ਦੀ ਨਾਲ ਇੱਧਰ ਵੀ ਆ ਜੇ ਲਿਸਟ ਨਾਲ ਦੀ ਨਾਲ ਇੱਧਰ ਵੀ ਆ ਜਾਣ ਤਾਂ ਉਹਦੇ ਨਾਲ ਵੈਰੀਫਾਈ ਹੋ ਸਕਦਾ ਕਿ ਫਲਾਣਾ ਫਲਾਣਾ ਬੰਦਾ ਜਿਹੜਾ ਉਹ ਇਧਰਲੇ ਪਾਸੇ ਡੈੱਡ ਕਲੀਅਰ ਆ ਉਹ ਕਰਾਸ ਵੈਰੀਫਾਈ ਕਰੋ ਤੇ ਨਾਲ ਦੀ ਨਾਲ ਤੁਸੀਂ ਉਹਨੂੰ ਲਿਸਟ ਚੋਂ ਬਾਹਰ ਕਰ ਦਿਓ ਤੇ ਦੂਸਰੀ ਆਪਸ਼ਨ ਇਹ ਵੀ ਹੈ ਕਿ ਜਿਹੜੇ ਹੁਣ ਕਹਿ ਲਓ ਕਿ ਇਹਦੇ ਨਾਲ ਹੁੰਦਾ ਕੀ ਹੈ ਕਿ ਕਈ ਤਰੀਕੇ ਦੇ ਹੋਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਇੱਕ ਛੋਟੀ ਜੀ ਕਿ ਫਰਜ਼ ਕਰੋ ਕਿ ਕੋਈ ਕਿਸਾਨ ਆ ਜਾਂ ਕੋਈ ਕਹਿ ਲਓ ਕਿ ਕਿਸੇ ਨੇ ਆਪਣੀ ਪ੍ਰਾਪਰਟੀ ਆਪਣੇ ਪੇਰੈਂਟਸ ਦੇ ਨਾਂ ਤੋਂ ਆਪਣੇ ਨਾਂ ਤੇ ਕਰਾਉਣੀ ਆ ਉੱਥੇ ਵੀ ਤੁਸੀਂ ਐਨਓਸੀ ਮੰਗ ਲਓ ਕਿ ਭਾਈ ਡੈਕਲੇਰੇਸ਼ਨ ਦੇ ਕੇ ਆਓ ਕੋਈ ਪੈਨਸ਼ਨ ਤਾਂ ਨਹੀਂ ਦੀ ਚੱਲਦੀ ਸੀ ਹਾਂ ਜੇ ਕੋਈ ਪੈਨਸ਼ਨ ਚੱਲਦੀ ਸੀਗੀ ਤਾਂ ਉਹ ਤੁਸੀਂ ਉੱਥੇ ਡੈਕਲੇਰੇਸ਼ਨ ਦੇ ਆਓ ਜੀ ਤਾਂ ਘੱਟੋ ਘੱਟ ਉਹਦੇ ਨਾਲ ਵੀ ਚੀਜ਼ ਹੋ ਜਾਏਗੀ ਕਿ ਜਿਹੜੇ ਉਹਨਾਂ ਦੇ ਵਾਰਸਾ ਪਰਿਵਾਰਕ ਮੈਂਬਰ ਆ ਠੀਕ ਹੈ ਤਾਂ ਉਹ ਜੇ ਜਾ ਕੇ ਉੱਥੇ ਜਾ ਕੇ ਚੀਜ਼ਾਂ ਸਾਫ਼ ਕਰਨਗੇ ਹਾਂਜੀ ਸਾਡੇ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ ਉਥੋਂ ਲਿਖਵਾ ਕੇ ਲਾ ਦੇਣ ਤਾਂ ਉਹਦੇ ਨਾਲ ਨਾਲ ਕਿ ਠੀਕ ਹੈ ਕਿ ਜੋ ਵੀ ਨਰੇ ਵਿਰਾਸਤੀ ਇੰਤਕਾਲ ਤੁਸੀਂ ਚੜਾਉਣਾ ਉਹ ਉਧਰਲੇ ਪਾਸੇ ਵੀ ਇੱਕ ਕਹਿ ਲਓ ਕਿ ਠੀਕ ਹਲ ਹੋ ਜਾਏਗਾ ਤਾਂ ਇਹ ਵੀ ਚੀਜ਼ ਆ ਤੀਸਰੀ ਚੀਜ਼ ਇਹ ਆ ਕਿ ਮਤਲਬ ਇਹਦੇ ਲਈ ਜਿੰਨੀ ਦੇ ਤੱਕ ਤੁਸੀਂ ਆਨਲਾਈਨ ਰਿਕਾਰਡ ਕਰੋਗੇ ਠੀਕ ਹੈ ਉਹ ਕਰੋ ਪਰ ਤੁਹਾਨੂੰ ਨਾਲ ਦੀ ਨਾਲ ਆਫਲਾਈਨ ਵੀ ਤਾਂ ਵੈਰੀਫਾਈ ਕਰਨਾ ਪੈਗੇ ਕਿਉਂਕਿ ਇੱਕ ਵਾਰੀ ਤਾਂ ਪਹਿਲਾਂ ਵੀ ਤੇ ਰਿਕਾਰਡ ਗਿਆ ਨਾ ਤੁਹਾਡੇ ਕੋਲੇ ਜੇ ਉਹ ਹੀ ਕ੍ਰਾਸ ਚੈੱਕ ਹੋ ਜਾਂਦਾ ਉਸ ਵੇਲੇ ਬਿਸ਼ੱਕ ਉਹ ਆਫਲਾਈਨ ਰਿਕਾਰਡ ਜਾਂਦਾ ਜਿੱਦਾਂ ਵੀ ਜਾਂਦਾ ਜੋ ਕ੍ਰਾਸ ਵੈਰੀਫਾਈ ਹੋ ਜਾਂਦਾ ਤਾਂ ਇੰਨੇ ਕੱਪੜੇ ਨਾ ਸਾਹਮਣੇ ਆਉਂਦੇ ਤਾਂ ਇਹ ਚੀਜ਼ ਹੋਣੀ ਸੀਗੀ ਪਰ ਮਾਨ ਸਾਹਿਬ ਕਿਤੇ ਨਾ ਕਿਤੇ ਲਾਪਾਤਰੀ ਚਾਹੇ ਜਾਣਕਾਰੀ ਲੁਕੋਣੀ ਹੋਵੇ ਜਾਂ ਗਲਤ ਜਾਣਕਾਰੀ ਦੇਣੀ ਹੋਵੇ ਉਹ ਵੀ ਕਿਸੇ ਹੱਦ ਤੱਕ ਜ਼ਿੰਮੇਵਾਰ ਹੋ ਸਕਦੇ ਆ ਹਾਂ ਬਿਲਕੁਲ ਜ਼ਿੰਮੇਵਾਰੀ ਤਾਂ ਦੇਖੋ ਗੱਲ ਇਹ ਆ ਕਿ ਜਦੋਂ ਪਿਛਲੀ ਸਰਕਾਰ ਵੇਲੇ ਨੋਟਿਸ ਜਾਰੀ ਕੀਤੇ ਗਏ ਸੀ ਨਾ ਤਾਂ ਉਸ ਵੇਲੇ ਨੋਟਿਸ ਸੀਗੇ ਜਿਹੜੇ ਨਾ ਉਹ Uh, मतलब ਉਹਨਾਂ ਦੇ ਘਰਾਂ ਦੇ ਬਾਹਰ ਟੱਕਰ ਲੱਗੇ ਸੀ ਸ਼ਾਇਦ ਜੀ ਮੈਂ ਗਲਤ ਨਾ ਹੋਵਾਂ ਤਾਂ मतलब ਲੋਕਾਂ ਨੂੰ ਨੋਟਿਸ ਦੀ ਕਾਪੀਆਂ ਸਿੰਘਾਂ ਸੋਸ਼ਲ ਮੀਡੀਆ ਤੇ ਪੰਗਾ ਸੀ ਤਾਂ ਉਹਨਾਂ ਨੂੰ ਆਖਿਆ ਗਿਆ ਸੀ ਕਿ ਤੁਸੀਂ ਇਹ ਤਾਂ ਰਿਕਵਰੀ ਦੇ ਦਿਓ ਤੇ ਨਹੀਂ ਭਾਈ ਤੁਹਾਡੇ ਤੇ ਕਾਰਵਾਈ ਹੋਊਗੀ ਤਾਂ ਉਹ ਕਿਸੇ ਨੂੰ 50000 ਦਾ ਨਿਕਲਿਆ ਸੀਗਾ ਕਿਸੇ ਨੂੰ 60000 ਦਾ मतलब ਇਸ ਤਰ੍ਹਾਂ ਦੇ ਨਾਲ ਜਿਹੜਾ मतलब ਅਲੱਗ-ਅਲੱਗ ਆਮਾਉਂਟ ਦੇ ਨਾਲ ਉਹਨਾਂ ਨੂੰ ਨੋਟਿਸ ਜਾਰੀ ਹੋਗੇ ਸੀ ਕਿ ਤੁਹਾਡੀ ਇੰਨੀ ਰਕਮ ਬਣਦੀ ਹੈ ਉਹ ਤੁਸੀਂ ਭਰੋ ਜੀ ਤਾਂ ਉਹ ਉਹ ਠੀਕ ਹੈ ਉਹਦੇ ਵਿੱਚ ਇੱਕ ਤਾਂ ਹੋ ਗਿਆ લાભ ਪਾਤਰੀ ਜਿੰਮੇਵਾਰ। ਦੂਸਰਾ ਕਿ ਜਿਹੜੇ ਬੰਦਿਆਂ ਨੇ ਉਹਨਾਂ ਦੇ ਡਾਕੂਮੈਂਟ ਵੈਰੀਫਾਈ ਕਰਕੇ ਦਿੱਤੇ ਆ। ਹੁਣ ਇਹ ਆ ਕਿ ਫਰਜ਼ ਕਰੂ ਕੋਈ ਬੰਦਾ ਕਹਿ ਲਓ ਕਿ ਜੋ ਵੀ ਆ ਤਾਂ ਤਹਿਸੀਲ ਦੇ ਵਿੱਚ ਜਾਂਦਾ। ਪਟਵਾਰੀ ਕੋਲੋਂ ਮਾਰਕ ਹੁੰਦਾ, ਕਨਗੋ ਕੋਲੋਂ ਮਾਰਕ ਹੁੰਦਾ, ਫਿਰ ਇਹ ਕਿ ਤਹਿਸੀਲਦਾਰ ਕੋਲੋਂ ਜੋ ਵੀ ਆ ਉੱਥੋਂ ਪ੍ਰੋਸੈਸ ਹੁੰਦਾ। ਈਵਨ ਕਿ ਪਿੰਡ ਦੇ ਮੇਲੇ ਦਾ ਵੀ ਜਾਂ ਕਹਿ ਲਓ ਕਿ ਸ਼ਹਿਰ ਦਾ ਕੋਈ ਐਮਸੀ ਆ, ਕੋਈ ਪੰਚ ਸਰਪੰਚ ਆ ਉਹਨਾਂ ਤੋਂ ਵੀ ਸਾਈਨ ਹੁੰਦੇ ਆ। ਤਾਂ ਉੱਥੇ ਆਲਮੋਸਟ ਪਤਾ ਹੀ ਹੁੰਦਾ ਨਾ ਕਿ ਇਹ ਬੰਦਾ ਮਤਲਬ ਇਹਦੇ ਕੋਲ ਕਿੰਨੀ ਕਿ ਪ੍ਰਾਪਰਟੀ ਆ ਤਾਂ ਜੇ ਕਿਤੇ ਉਹ ਵੀ ਥੋੜਾ ਜਿਹਾ ਉੱਥੇ ਵੀ ਖਿਆਲ ਰੱਖ ਲਿਆ ਜਾਵੇ ਤਾਂ ਫਿਰ ਇਸ ਤਰ੍ਹਾਂ ਦੀ ਨੌਬਤ ਆਵੀ ਨਾ ਤਾਂ ਇਹ ਚੀਜ਼ ਵੀ ਹੈ ਜੀ ਜੀ ਮਾਨ ਸਾਹਿਬ ਜਿਵੇਂ ਕਿ ਹੁਣ ਗਲਤ ਪੈਨਸ਼ਨਾਂ ਦਾ ਤਾਂ ਮੁੱਦਾ ਹੈਗਾ ਹੀ ਹੈਗਾ ਪਰ ਦੇਖਿਆ ਜਾਵੇ ਤਾਂ ਜਿਹੜੀ ਮਤਲਬ ਇਹ ਸਕੀਮ ਸੀਗੀ ਲੋਕਾਂ ਦੇ ਬੈਨੀਫਿਟ ਲਈ ਹੈ ਪਰ ਜਦੋਂ ਲੋਕ ਇਸ ਨੂੰ ਗਲਤ ਵਰਤਨ ਲੱਗ ਪੈਂਦੇ ਆ ਤੇ ਇਹੋ ਜੇ ਤਾਂਦਲੀਆਂ ਸਾਹਮਣੇ ਆਉਂਦੀਆਂ ਧੋਖੜੀਆਂ ਸਾਹਮਣੇ ਆਉਂਦੀਆਂ ਤਾਂ ਇੱਕ ਵਿਸ਼ਵਾਸ ਵੀ ਕਿਤੇ ਨਾ ਕਿਤੇ ਖੁਰਦਾ ਹੈ ਜੀ ਸਿਸਟਮ ਨੇ ਇੱਕ ਭਰੋਸਾ ਕਰਕੇ ਤੁਹਾਨੂੰ ਨੇ ਸੁਰੱਖਿਆ ਲਈ ਖਾਸ ਕਰਕੇ ਬੁਢਾਪਾ ਸੁਰੱਖਿਆ ਵਾਸਤੇ ਪੈਨਸ਼ਨ ਪਿੱਛੇ ਜੇ ਵਧਾਈ ਵੀ ਗਈ ਹੈ ਤਾਂ ਕਿਤੇ ਨਾ ਕਿਤੇ ਇੱਕ ਨਾਗਰਿਕ ਹੋਣ ਦੇ ਨਾਤੇ ਮਤਲਬ ਇਹ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਹਾਂ ਬਿਲਕੁਲ ਜ਼ਿੰਮੇਵਾਰੀ ਬਣਦੀ ਹੈ ਦੇਖੋ ਗੱਲ ਇਹ ਹੈ ਨਾ ਕਿ ਇਹ ਜ਼ਿੰਮੇਵਾਰੀ ਇਸ ਤਰ੍ਹਾਂ ਨਾਲ ਬਣਦੀ ਹੈ ਹੁਣ ਹੁੰਦਾ ਕੀ ਹੈ ਕਿ ਜੇ ਫਰਦਿਕ ਰੂ ਕੋਈ ਬੰਦਾ ਤੁਸੀਂ ਚਲੇ ਗਏ ਕਿਤੇ ਪੈਨਸ਼ਨ ਲਵਾਉਣ ਜੀ ਜਾਂ ਮੈਂ ਚਲਾ ਗਿਆ ਕਿਤੇ ਤਾਂ ਮੈਂ ਕਹਿੰਦਾ ਯਾਰ ਵੀ ਠੀਕ ਆ ਓਕੇ ਜਾਂ ਕੋਈ ਵੀ ਬੰਦੇ ABC ਚਲਾ ਗਿਆ ਪੈਨ ਸਰਪੰਚ ਕੋਲੇ ਜੋ ਫਰਜ਼ ਕਰ ਉਹ ਅੱਗੇ ਜਵਾਬ ਦੇ ਦੂ ਆ ਕਿ ਯਾਰਾ ਵੀ ਤੇਰੇ ਕੋਲ ਤਾਂ ਸਾਰਾ ਕੁਝ ਹੈਗਾ ਤੇਰੇ ਕੋਲ ਜ਼ਮੀਨ ਜਾਇਦਾਦ ਵੀ ਹੈਗੀ ਆ ਤੇਰਾ ਤਾਂ ਮਤਲਬ ਸਾਰੇ ਸਾਧਨ ਹੈਗੇ ਤੇਰੇ ਕੋਲ ਤੈਨੂੰ ਕੀ ਲੋੜ ਆ ਉਹ ਅਗਲਾ ਮੂਹਰੋ ਕਹਿੰਦਾ ਯਾਰ ਤੇਰਾ ਢਿੱਡ ਦੁਖਦਾ ਸਰਕਾਰ ਨੇ ਦੇਣੀ ਆ ਜੀ ਤੂੰ ਕਿਉਂ ਮੈਨੂੰ ਨਾ ਕਰਦਾ ਤੂੰ ਮੋਹਰ ਲਾਉਣੀ ਇੱਥੇ ਲਾ ਦੇ ਇਹ ਇਹ ਵੀ ਮਸਲਾ ਹੋ ਜਾਂਦਾ ਮਤਲਬ ਇਹ ਕਿ ਜਿੰਨੀ ਦੇਰ ਤੱਕ ਸਾਨੂੰ ਆਪ ਨੂੰ ਵੀ ਦੇਖਣਾ ਪਊਗਾ ਨਾ ਥੋੜੀ ਜਿਹੀ ਇਸ ਚੀਜ਼ ਦਾ ਧਿਆਨ ਰੱਖਣਾ ਪਏਗਾ ਕਿ ਜੇ ਤੁਹਾਨੂੰ ਸਰਕਾਰ ਸਹੂਬਾ ਦੇ ਰਹੀ ਆ ਜੇ ਤੁਸੀਂ ਉਹਦੇ ਹੱਕਦਾਰ ਹੋ ਤਾਂ ਹੀ ਤੁਸੀਂ ਲਓ ਇਹ ਨਾ ਹੋਵੇ ਕਿ ਮਤਲਬ ਯਾਰ ਨਹੀਂ ਸਰਕਾਰ ਨੇ ਦੇਣੇ ਆ ਮੈਂ ਤਾਂ ਲੈਣੀ ਲੈਣੀ ਇਹ ਮੇਰਾ ਹੱਕ ਬਣ ਗਿਆ ਮਤਲਬ ਇਸ ਚੀਜ਼ ਨੂੰ ਵੀ ਸਮਝਣਾ ਪਊਗਾ ਦੂਸਰੀ ਵੱਡੀ ਗੱਲ ਇਹ ਹੁੰਦੀ ਹੈ ਕਿ ਕਈ ਵਾਰੀ ਕਿ ਇੱਕ ਐਗਜ਼ਾਮਪਲ ਆ ਵੀ ਤੁਹਾਨੂੰ ਮਿਲ ਜਾਂਦੀਆਂ ਨੇ ਕਿ ਕਿਸੇ ਦੀ ਹੁਣ ਉਮਰ ਹੱਦ ਵੀ ਇਹਦੇ ਵਿੱਚ ਰੱਖੀ ਹੋਈ ਹੈ ਤੋਂ ਮੈਂ ਮਾਫ ਕਰਨਾ ਮੈਂ ਪਹਿਲਾਂ ਨਹੀਂ ਉਮਰ ਹੱਦ ਵੀ ਇਹਦੇ ਵਿੱਚ ਆ ਜਾਂਦੀ ਹੈ ਤਾਂ ਉਹ ਵੀ ਚੀਜ਼ ਰੱਖੀ ਗਈ ਆ ਆਮਦਨ ਦੇ ਨਾਲ ਨਾਲ ਤਾਂ ਉਮਰ ਹੱਦ ਦੇ ਵਿੱਚ ਹੁਣ ਕੀ ਹੈ ਕਿ ਕਈ ਵਾਰੀ ਕਿਸੇ ਦੀ ਉਮਰ ਘਟ ਹੁੰਦੀ ਆ ਜੀ ਜਾਂ ਉਮਰ ਬੰਦ ਹੀ ਨਹੀਂ ਹੁੰਦੀ ਫਿਰ ਉਧਾਰ ਕਾਰਡ ਦੇ ਵਿੱਚ ਇਹ ਆ ਕਿ ਲੋ ਕਰੈਕਸ਼ਨਸ ਕਰਦੇ ਰਹਿੰਦੇ ਆਪਣੇ ਆਈਡੀ ਪ੍ਰੂਫ ਦੇ ਵਿੱਚ ਉਹ ਕਿਤੇ ਜਾ ਕੇ ਕਿਸੇ ਨੇ ਕੋਈ ਡਾਕਟਰ ਤੋਂ ਲਿਖਾ ਲਿਆ ਕਿਸੇ ਨੇ ਕਿਤੇ ਹੋਰ ਸਪਰਸ਼ ਕਰਕੇ ਲਿਖਾ ਲਿਆ ਤਾਂ ਉਹ ਚੀਜ਼ਾਂ ਵੀ ਇਹ ਹੁਣ ਬਹੁਤ ਸਾਰੇ ਜਿਹੜਾ ਕੈਗਦੀ ਰਿਪੋਰਟ ਸੀਗੀ ਆ ਇਸ ਵੇਲੇ ਆ ਜੀ ਸਾਹਮਣੇ ਮੈਂ ਉਹ ਕੁਝ ਕਰਦਾ ਯਤਨ ਕਰਦਾ ਲੱਭਣ ਦਾ ਤਾਂ ਉਹਦੇ ਮੁਤਾਬਕ ਕਹਿੰਦੇ ਕਿ 50000 ਜਿਹੜੇ ਨੇ ਉਹ ਮੇਲ ਨੇ 58000 ਫੀਮੇਲ ਨੇ ਤੇ ਇਹਨਾਂ ਦੇ ਵਿੱਚੋਂ ਕਹਿੰਦੇ ਕਿ ਉਮਰ ਦੇ ਇਹ ਪੈਨਸ਼ਨ ਦੇ ਹੱਕਦਾਰ ਨਹੀਂ ਹੈਗੇ ਜੀ ਇਸ ਤੋਂ ਇਲਾਵਾ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸਸ ਨੇ ਜਿਹੜੇ ਕਿ ਮੈਨਾਂ 76848 ਲੋਕਾਂ ਦੇ ਨਾਂ ਦੇ ਸਮੇਤ ਕਹਿੰਦੇ ਉਹਨਾਂ ਦੀ ਜਨਮ ਤਰੀਕ ਦਰਜੀ ਨਹੀਂ ਕੀਤੀ ਗਈ ਤਾਂ ਇਹ ਚੀਜ਼ ਵੀ ਸਾਹਮਣੇ ਆਈ ਹੈ ਤੇ ਨਾਲ ਦੀ ਨਾਲ ਜਿਹੜੀ FAWD ਸਕੀਮ ਆ ਉਹਦੇ ਤਹਿਤ ਸਿਰਫ ਔਰਤਾਂ ਹੀ ਨਹੀਂ ਸਗੋਂ 12000 ਜਿਹੜੇ 47 ਲੋਕਾਂ ਦੀ ਪੁਸ਼ਟੀ ਜਿਹੜੀ ਪੁਰਸ਼ ਨੇਗੇ ਉਹ ਵੀ ਪਛਾਣੇ ਗਏ ਨੇਗੇ ਤਾਂ ਜਿਨ੍ਹਾਂ ਦੀ ਇਹਦੇ ਨਾਲ ਨਾਲ ਇਹ ਕਿ ਮਤਲਬ ਉਮਰ ਹੱਦ ਜਿਹੜੀ ਉਹ ਵੀ ਪੂਰੀ ਨਹੀਂ ਹੁੰਦੀ ਹੈ ਕਈਆਂ ਦੀ ਜਾਂ ਕਿਸੇ ਦੀ ਉਮਰ ਹੱਦ ਘੱਟ ਹੁੰਦੀ ਹੈਗੀ ਹੁਣ ਇਸ ਤਰ੍ਹਾਂ ਦੇ ਜਿਹੜੇ ਅਯੋਗ ਲਿਸਟ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਉਹ ਪਟਿਆਲਾ ਦੇ ਵਿੱਚ ਮਾਮਲੇ ਸਾਹਮਣੇ ਆਏ ਆ ਪਟਿਆਲਾ ਦੇ ਨਾਲ ਫਿਰ ਲੁਧਿਆਣਾ ਦਾ ਨੰਬਰ ਆ ਜਾਂਦਾ ਫਰੂਪੜ ਦਾ ਨੰਬਰ ਆ ਜਾਂਦਾ ਇਸ ਤਰ੍ਹਾਂ ਦੇ ਨਾਲ ਤੇ ਇਹ ਦੱਸਦੇ ਕਿ ਇਹਨੇ ਕਿ ਡੁਪਲੀਕੇਟ ਲਾਭਪਾਤਰੀਆਂ ਜਿਹੜੇ ਵੰਡੇ ਗਈ ਰਕਮ ਆ ਜੀ ਕੈਗਰੇ ਰਿਪੋਰਟ ਦੇ ਅਨੁਸਾਰ ਮੈਂ ਸੰਝਾ ਕਰ ਦੇਣਾ ਉਹ 9 ਕਰੋੜ 99 ਲੱਖ ਰੁਪਏ ਬਣਦੀ ਆ ਤੇ ਕੈਗਰੋਪੋਰਟ ਦੇ ਵਿੱਚ ਆਖਿਆ ਗਿਆ ਕਿ ਅਪ੍ਰੈਲ 2017 ਤੋਂ ਜੁਲਾਈ 2020 ਤੱਕ ਜਿਹੜੇ 8286 ਡੁਪਲੀਕੇਟ ਲਾਭਪਾਤਰਾਂ ਨੂੰ ਵਾਧੂ ਲਾਭ ਦਿੰਦੇ ਹੋਏ ਮਤਲਬ 9.99 ਕਰੋੜ ਦਾ ਭੁਗਤਾਨ ਕੀਤਾ ਗਿਆ ਤਾਂ ਇਹ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਹੈ ਤਾਂ ਇਸ ਤਰ੍ਹਾਂ ਦੇ ਨਾਲ ਹੁਣ ਇਹ ਦੇਖਦੇ ਹਾਂ ਕਿ ਇਹਦੇ ਵਿੱਚ ਬੰਦਾ ਕੀ ਆ ਪਰ ਫਿਲਹਾਲ ਇਹ ਚੀਜ਼ਾਂ ਅੱਡ ਨੇ ਤੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਅੰਕੜੇ ਦੱਸੇ ਸੀਗੇ ਉਹ ਅੰਕੜੇ ਵੱਖਰੇ ਨੇ ਉਹ ਕਿਸੇ ਨੇ ਆਰਟੀ ਜ਼ਰੀਏ ਇਨਫੋਰਮੇਸ਼ਨ ਲਈ ਸੀ ਉਸ ਵਾਰ ਮੀਡੀਆ ਰਿਪੋਰਟਰ ਦੇ ਵਿੱਚ ਆਇਆ ਪਰ ਜਿੰਨੀ ਦੇਰ ਤੱਕ ਅਸੀਂ ਆਪ ਮਤਲਬ ਨਹੀਂ ਸਮਝਦਾ ਬੰਦੇ ਉਨੀ ਦੇਰ ਤੱਕ ਕਿਤੇ ਨਾ ਕਿਤੇ ਸਿਸਟਮ ਨੂੰ ਸੁਧਾਰਨਾ ਵੀ ਥੋੜਾ ਔਖਾ ਹੀ ਆ ਜੀ ਆਪਣਾ ਜਿੱਦਾਂ ਦਾ ਸਰਕਾਰੀ ਤੰਤਰ ਹੈ ਤੇ ਹੁਣ ਆ ਆਪਣੇ ਜਿੰਦਾ ਹੋਣ ਦਾ ਪ੍ਰਮਾਣ ਪੱਤਰ ਜਿੰਨ ਤਿੰਨ ਮਹੀਨਿਆਂ ਬਾਅਦ ਤੁਹਾਨੂੰ ਚੀਜ਼ ਰੀਨਿਊ ਕਰਾਉਣੀ ਪੈਣੀ ਹੈ ਤਾਂ ਪਿੱਛੇ ਜੇ ਇੱਕ ਇਹ ਵੀ ਸੁਣਿਆ ਸੀ ਕਿ ਬਜ਼ੁਰਗ ਨੂੰ ਬੜਾ ਖੱਜਲ ਖਵਾਰ ਹੋਣਾ ਪਿਆ ਆਪਦੇ ਆਪ ਨੂੰ ਜਿਉਂਦਾ ਸਾਬਤ ਕਰਨ ਲਈ ਹਾਂ ਬੜੇ ਇਸ ਤਰ੍ਹਾਂ ਦੀ ਐਗਜ਼ਾਮਪਲ ਸੁਣ ਲਜਾਂਗੇ ਤੁਹਾਨੂੰ ਕਈ ਮਤਲਬ ਕੀ ਆ ਕੀ ਹੁੰਦਾ ਕਿਸੇ ਦੀ ਮੌਤ ਹੋ ਜਾਂਦੀ ਆ ਉੱਥੇ ਉਹਨੂੰ ਪੈਨਸ਼ਨ ਮਿਲਦੀ ਰਹਿੰਦੀ ਹੈਗੀ ਤੇ ਕਈ ਹੁਣ ਮੈਂ ਜਿਸ ਤਰ੍ਹਾਂ ਤੁਹਾਨੂੰ ਦਿੱਲੀ ਦੀ ਐਗਜ਼ਾਮਪਲ ਦਿੱਤੀ ਸੀ ਉੱਥੇ ਜਵਾਕ ਹੀ ਦੂਜੀ ਤੀਜੀ ਦੇ ਵਿੱਚ ਪੜਦਾ ਸੀ ਬੱਚਾ ਤੇ ਉਹਨੂੰ ਕੋਈ 60-80 ਸਾਲਾਂ ਦਾ ਬਣਾ ਕੇ ਵਿਚਾਰੇ ਦੇ ਨਾਂ ਤੇ ਪੈਨਸ਼ਨ ਆ ਉਹ ਕਹਿੰਦਾ ਉਹ ਕੈਮਰਿਆਂ ਵਾਲੇ ਲੈ ਕੇ ਉਹ ਮਾਈਕ ਲੈ ਕੇ ਉਹਦੇ ਅੱਗੇ ਖੜੇ ਆਛਾ ਬੇਟਾ ਆਪਕੀ ਉਮਰ ਕਿਤਨੀ ਹੈ ਉਹਨੂੰ ਲੱਗੇ ਪਏ ਤਾਂ ਇਸ ਤਰ੍ਹਾਂ ਦੇ ਨਾਲ ਵੀ ਮਤਲਬ ਚੀਜ਼ਾਂ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਇਸ ਤਰ੍ਹਾਂ ਦੇ ਕ ਐਗਜ਼ਾਮਪਲਸ ਆ ਜਾਂਦੀਆਂ ਨੇ ਸਾਡੇ ਸਾਹਮਣੇ ਤਾਂ ਇਹੀ ਮੈਂ ਇਸ ਲਈ ਮੈਂ ਕਹਿ ਰਿਹਾ ਕਿ ਜਿਹੜਾ ਡਾਕੂਮੈਂਟ ਫਾਰਮੈਲਿਟੀ ਹੈ 3-3 ਮਹੀਨਿਆਂ ਬਾਅਦ ਉਹ ਬੜਾ ਔਖਾ ਕਿਉਂਕਿ ਜਿਹੜੇ ਦੂਸਰੇ ਪੈਨਸ਼ਨ ਕੇਸਸ ਹਨ ਹੈ ਨਾ ਤੋਂ ਬਿਨਾਂ ਵੜਾਪਾ ਪੈਨਸ਼ਨ ਤੋਂ ਬਿਨਾਂ ਉਹਨਾਂ ਦੇ ਵਿੱਚ ਵੀ ਲਾਈਫ ਸਰਟੀਫਿਕੇਟ ਸ਼ਾਇਦ ਉਹਨੂੰ ਬੋਲਦੇ ਜੇ ਮੈਂ ਗਲਤ ਨਾ ਹੋਵਾਂ ਤਾਂ ਉਹ ਦੇਣਾ ਪੈਂਦਾ ਇਹਨੂੰ alli ਹਰ ਸਾਲ ਦਿੰਦੇ ਨੇ ਸਾਲ ਬਾਅਦ ਦਿੰਦੇ ਸਾਲ ਬਾਅਦ ਦਿੱਤਾ ਜਾਂਦਾ ਠੀਕ ਹੈ ਤੇ ਇੱਥੇ ਵੀ ਤੁਸੀਂ ਸਾਲ ਬਾਅਦ ਲੈ ਲਓ ਕੋਈ ਦਿੱਕਤ ਨਹੀਂ ਇੱਕ ਪਾਸੇ ਤਾਂ ਤੁਸੀਂ ਪਹਿਲਾਂ ਕੋਪੜਤਾਲ ਹੀ ਨਹੀਂ ਕੀਤੀ ਹੁਣ ਤੁਸੀਂ ਚਾਹੁੰਦੇ ਹੋ ਕਿ ਅਸੀਂ ਨਾਲ ਦੀ ਨਾਲ ਹਰ ਤਿੰਨ ਮਹੀਨੇ ਬਾਅਦ ਲੈਣਾ ਜਾਂ ਚਾਰ ਮਹੀਨੇ ਜੋ ਵੀ ਹੈ ਚਲੋ ਐਨੀਵਿਸ ਤਾਂ ਪਰ ਇਹ ਹੈ ਕਿ ਇਹ ਚੀਜ਼ ਦੇਖਣ ਵਾਲੀ ਹੈ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਕਿਉਂਕਿ ਲੋਕ ਤਾਂ ਪਹਿਲਾਂ ਹੀ ਪਰੇਸ਼ਾਨ ਆ ਭੀੜ ਤੋਂ ਜਾ ਕੇ ਉੱਥੇ ਆ ਤੇ ਉਹ ਵੀ ਲੋਕ ਜਿਹੜੇ ਆ ਸੀਨੀਅਰ ਸਿਟੀਜ਼ਨ ਆ ਸਾਡੇ ਤਾਂ ਘਟੋ ਘਟ ਉਹ ਪਰੇਸ਼ਾਨ ਨਹੀਂ ਹੋਣੇ ਚਾਹੀਦੇ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਜੀ ਜੀ ਤਾਂ ਮਾ ਮਤਲਬ ਹੁਣ ਲੋਕਾਂ ਦਾ ਇਸ ਮਾਮਲੇ 'ਚ ਕਿਦਾਂ ਦਾ ਰਿਸਪਾਂਸ ਹੋ ਸਕਦਾ ਸਰਕਾਰ ਨੇ ਤਾਂ ਫਰਮਾਨ ਜਾਰੀ ਕਰਤਾ ਲੋਕਾਂ ਦਾ ਜੀ ਹਾਲੇ ਜਦੋਂ ਇੰਪਲੀਮੈਂਟ ਹੋਏਗੀ ਨਾ ਤਾਂ ਜਿਸ ਤਰ੍ਹਾਂ ਦੇ ਨਾਲ ਮਤਲਬ ਇਹ ਫਾਰਮੈਟ ਬਣੇਗਾ ਸਰਕਾਰ ਨੇ ਐਲਾਨ ਕਰਤਾ ਵਿਭਾਗ ਨੇ ਕਹਿਤਾ ਕਿ ਹਾਂਜੀ ਇੰਨੀ ਡੈਡਲਾਈਨ ਦੇਤੀ ਉਸ ਤੋਂ ਬਾਅਦ ਆ ਕੇ ਜਦੋਂ ਮਤਲਬ ਲੋਕਾਂ ਦੇ ਵਿੱਚ ਖਬਰ ਜਾਂਦੀ ਹੈ ਫਿਰ ਜਾ ਕੇ ਲੋਕਾਂ ਨੂੰ ਪਤਾ ਲੱਗਦਾ ਹੁਣ ਵਿਚਾਰਿਆਂ ਨੂੰ ਕਈ ਵਾਰੀ ਤਾਂ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਤਾਂ ਇਸ ਕਰਕੇ ਫਿਲਹਾਲ ਤੇ ਰੁੱਤੇ ਪਹਿਲਾਂ ਦੇਖਦੇ ਕਿ ਸਿਆਸੀ ਕਮਸਾਣੀ ਹੋਏਗਾ ਉਸ ਤੋਂ ਬਾਅਦ ਜਾ ਕੇ ਜਦੋਂ ਆਮ ਲੋਕਾਂ ਤੱਕ ਗੱਲ ਪਹੁੰਚਦੀ ਹੈ ਕੀ ਲੱਗਦਾ ਫਿਰ ਇਹ ਦੇਖਦੇ ਆ ਕਿ ਸਰਕਾਰ ਕੀ ਕਰਦੀ ਹੈ ਸਰਕਾਰ ਕੀ ਯੂਟਰਨ ਲੈਂਦੀ ਹੈ ਜਾਂ ਇਹਨੂੰ ਰਿਲੈਕਸੇਸ਼ਨ ਦਿੰਦੀ ਹੈ ਜਾਂ ਵਿੱਚ ਕੁਝ ਜਿਹੜਾ ਕਹ ਲੋ ਕਿ ਮਤਲਬ ਕੋਈ ਨਾ ਕੋਈ ਚੇਂਜ ਕਰਦੀਏ ਉਹ ਚੀਜ਼ਾਂ ਵੀ ਮੈਨੇ ਰੱਖ ਦਿੱਤੀ ਜੀ ਜੀ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀ ਚੰਗੀ ਤਰ੍ਹਾਂ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਇਹ ਗੱਲ ਸਮਝਾਈ ਜੀ ਸ਼ੁਕਰੀਆ ਦਰਸ਼ਕੋ ਤੁਹਾਡਾ ਵੀ ਧੰਨਵਾਦ ਤੇ ਇਹ ਜਿਹੜੀਆਂ ਸਕੀਮਾਂ ਕਿਤੇ ਨਾ ਕਿਤੇ ਪੈਨਸ਼ਨ ਹੈ ਮਤਲਬ ਇਸ ਸਰਕਾਰ ਨੇ ਸਾਡੀ ਸੁਰੱਖਿਆ ਵਾਸਤੇ ਬਜ਼ੁਰਗਾਂ ਵਾਸਤੇ ਚਾਹੇ ਵਿਧਵਾ ਔਰਤਾਂ ਵਾਸਤੇ ਰੱਖਿਆ ਨੇ ਪਰ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਸਹੀ ਜਾਣਕਾਰੀ ਜਿਹੜੀ ਉਹ ਸਰਕਾਰ ਤੱਕ ਪਹੁੰਚਾਓ ਅਗਰ ਮਤਲਬ ਕੁਝ ਵੀ ਇਹ ਜੋ ਨਾ ਹੋਵੇ ਕਿ ਉਹਦੇ ਵਿੱਚ ਕੁਝ ਲੁਕਿਆ ਹੋਵੇ ਕਿਉਂਕਿ ਸਿਸਟਮ ਦੀਆਂ ਨਗਹਿਲੀਆਂ ਤੱਕ ਕਿਤੇ ਨਾ ਕਿਤੇ ਬਾਅਦ ਚ ਸਾਹਮਣੇ ਆਉਂਦੀਆਂ ਤੇ ਉਦੋਂ ਭੁਗਤਣਾ ਸਾਰਿਆਂ ਨੂੰ ਪੈਂਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ